ਸੜਕਾਂ ਦਾ ਨੁਕਸਾਨ ਹੀ ਨੁਕਸਾਨ ਹੀ ਵੇਖੋ ਹੁਣ ਦੋ ਤਿੰਨ ਮੋਟਰਸਾਈਕਲ ਵੀ ਤੋੜ ਚੁੱਕੇ ਨੇ ਪਰਸੋਂ ਦੀ ਗੱਲ ਹੈ ਅੱਜ ਫਿਰ ਇੱਥੇ ਇਹੀ ਲੜੀ ਜਾਂਦੇ ਨੇ ਜਾਨਵਰ ਅਤੇ ਗਊਸ਼ਾਲਾ ਨੂੰ ਚਾਹੀਦਾ ਵੀ ਆਪਦੇ ਕੋਲ ਉੱਥੇ ਸੰਭਾਲ ਕੇ ਰੱਖਣ ਜਿਹੜੇ ਅਵਾਰਾ ਪਸ਼ੂਆਂ ਨੂੰ ਇੰਨੀ ਉਹਨਾਂ ਦੀ ਪ੍ਰੋਪਰਟੀ ਇੰਨੀ ਜ਼ਿਆਦਾ ਅਤੇ ਇਹਨਾਂ ਨੂੰ ਸਾਂਭ ਸੰਭਾਲ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਪਰ ਕਰਦਾ ਕੋਈ ਵੀ ਨਹੀਂ ਹੁਣ ਇਸ ਤਰ੍ਹਾਂ ਜਿਵੇਂ ਲੜਦੇ ਪਏ ਨੇ ਵੀ ਸਾਰੇ ਲੋਕਤੰਤਰ ਅਤੇ ਕਿਸੇ ਦਾ ਵੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਜੀ ਇਹਦੇ ਨਾਲ ਦੇਖੋ ਪਬਲਿਕ ਨੇ ਆਉਣਾ ਜਾਣਾ ਮੋਟਰਸਾਈਕਲਾਂ 'ਤੇ ਲੱਗੇ ਫਿਰਦੇ ਨੇ ਕਿਸੇ ਦਾ ਵੀ ਨੁਕਸਾਨ ਹੋ ਸਕਦਾ ਇੱਦਾਂ ਨੁਕਸਾਨ ਤਾਂ ਬਹੁਤ ਜ਼ਿਆਦਾ ਹੈ ਦੇਖੋ ਜੀ ਕੋਈ ਮੋਟਰਸਾਈਕਲ ਆ ਗਿਆ ਵਿੱਚੇ ਮਾਰਦਾ ਬੱਚੇ ਆ ਗਏ ਕੋਈ ਨੀ ਸਾਂਭ ਸੰਭਾਲ ਕਰਦਾ ਕੋਈ ਨੀ ਕਰਦਾ ਜੀ ਨਾ